ਬਾਕੀ ਸਭ ਤੀਆ ਸ਼ੇਰਾ ਫਿਰ ਦੋ ਕਿਵੇਂ ਹੋ ਗਈਆਂ, ਦੋ ਕਿਵੇਂ ਹੋ ਗਈਆਂ ਨੀ, ਦੋ ਕਿਵੇਂ ਲੱਗਦੀਆਂ? ਹੁਣ ਇੱਥੋਂ ਫੜ ਕੇ ਟੋਟਾ ਜਲਦੀ ਦੇ ਨਾਲ ਇੱਥੇ ਧਰ ਕੇ ਇਹਨੂੰ ਐਂ ਕਰਕੇ ਇੱਥੋਂ ਐਂ ਫੜ ਕੇ ਸੋਨੂੰ ਕਹਿੰਦਾ ਦੋ। ਇਹ ਪ੍ਰਭੂ ਏਡਾ ਕੁ ਟੋਟਾ ਹੁੰਦਾ ਗਾ, ਪਹਿਲੀ ਗੰਢ ਪੋਲੀ ਦੇਣੀ ਆ, ਉੱਤੇ ਗੰਢਾਂ ਕਿੰਨੀਆਂ ਮਰਜ਼ੀ ਕੱਸ ਦਿਓ, ਇਹਦੇ ਭਾਰ ਆਉਣਾ ਸ਼ੁਰੂ ਹੋ ਜੂ। ਇਹ ਗੰਢ ਦਾ ਟੋਟਾ ਨਾ ਦੋਨਾਂ ਪਾਸੇ ਭੱਜਦਾ ਗਾ, ਭਵਾਂ ਦੀ ਇੱਧਰਲੇ ਪਾਸੇ ਕੱਢ ਕੇ ਲੈ ਜਾਓ, ਭਵਾਂ ਦੀ ਐਂ ਲੈ ਜਾਓ। ਇਹ ਰੱਸੀ ਅੱਗੇ ਨਾਲੋਂ ਛੋਟੀ ਹੋ ਗਈ, ਇਹਦੀ ਨਿਸ਼ਾਨੀ ਆ। ਹੁਣ ਤੁਸੀਂ ਸਿੱਖ ਲਓ, ਘਰੇ ਕਰਕੇ ਦੇਖੋ, ਲਓ ਵੀ ਇਹਨੂੰ ਬਾਬਾ ਕਹਿੰਦਾ ਤੂੰ ਵੱਢ ਕੇ ਜੋੜ, ਤੂੰ ਜੋੜੀ ਉਹ ਤੁਹਾਡੇ ਭਾਜੀ ਐਂ ਦੂਰੀ ਕਰ ਦੂਗਾ, ਵੀ ਆਪੀ ਮਗਰੋਂ ਮੱਥਾ ਮਾਰੀ ਜਾਣਗੇ। ਚੱਕਲਾ ਵੇਟ ਚੱਕਲਾ, ਇਹ ਲਓ ਵੀ ਕਹਿੰਦਾ ਇੱਥੋਂ ਵੱਢੋ, ਜੇ ਰੱਸੀ ਇੱਥੋਂ ਵੱਢਤੀ ਫਿਰ ਨਾ ਸੋਥੋਂ ਜੁੜੇ ਨਾ ਬਾਬੇ ਤੋਂ, ਫਿਰ ਹੋ ਗਿਆ ਤੂੰ। ਉਹ ਕਹਿੰਦਾ ਬੱਚਾ ਕਰਦੇ ਲੈ ਕੇ ਆਵੇ, ਮੈਂ ਕੈਂਚੀ ਲੈ ਕੇ ਆਵਾਂ, ਤੁਹਾਡਾ ਮੂੰਹ ਇੱਧਰ ਹੋ ਗਿਆ, ਉਹਦੇ ਬਾਅਦ ਤੁਹਾਡੀ ਪਿੱਠ ਹੋ ਗਈ ਤੁਹਾਡੇ ਆਉਣ ਤੋਂ ਪਹਿਲਾਂ। ਹੁਣ ਇੰਨੀ ਕੰਨੀ ਵਧਾਰੀ ਭਰਾਵੋ, ਘਰੇ ਜਾ ਕੇ ਇੰਨੀ ਕੰਨੀ ਵਧਾ ਲਿਓ, ਕੰਨੀ ਵੱਧ ਗਈ ਉਹਨਾਂ ਦੀ ਨਾਗ ਵਾਲ ਪਾ ਲਓ। ਲੈ ਤੁਸੀਂ ਸਿੱਖ ਗਏ, ਸਿਆਣੇ ਹੋ ਗਏ, ਵੱਡਾ ਹੋਣ ਤੋਂ ਪਹਿਲਾਂ ਇਹ ਜਿਹੜਾ ਜੋੜ ਆ ਇਹ ਚੰਗੀ ਤਰ੍ਹਾਂ ਢੱਕ ਲਓ, ਫੜਨ ਵੇਲੇ ਕਿਸੇ ਨੂੰ ਨਜ਼ਰ ਨਾ ਆਵੇ, ਐਂ ਫੜੋ, ਇੱਥੋਂ ਵੱਢ ਦਿਓ ਵੀ, ਇੱਧਰ ਲੜ ਛੱਡੇ ਜਾਂਦੇ ਆ। ਲੈ ਬੋਲੋ ਕਹੇ ਹੋ ਗਈਆਂ, ਇੰਨਾ ਟੋਟਾ ਫਿਰ ਘੱਟ ਗਿਆ। ਲਓ ਵੀ ਅੱਜ ਦਾ ਕੰਮ ਕੱਲ੍ਹ 'ਤੇ ਨਾ ਛੱਡੋ, ਜਿਹੜਾ ਤੁਸੀਂ ਅੱਜ ਕੰਮ ਕਰਨਾ ਜਾਣ ਸਾਰ ਘਰੇ ਕਰ ਲਿਓ। ਜੇ ਕਹੋਗੇ ਕੱਲ੍ਹ ਨੂੰ ਕਰਾਂਗੇ, ਕੱਲ੍ਹ ਨੂੰ ਤੁਹਾਨੂੰ ਹੋਰ ਕੰਮ ਹੋ ਸਕਦਾ ਗਾ, ਘੌਲ ਨਾ ਕਰਿਆ ਕਰੋ। ਘੌਲ ਕੀ ਚੀਜ਼ ਆ? ਲੈ ਦੇਖੋ ਭਰਾਵੋ, ਮੈਂ ਵੀ ਘੌਲ ਕਰਦਾ ਸੀਗਾ, ਮੈਂ ਤੇ ਮੇਰੇ ਘਰਾਂ ਲਈ ਇੱਕ ਦਿਨ ਅਸੀਂ ਦੀਵਾ ਬੁਝਾਉਣ ਪਿੱਛੇ ਲੜ ਪਏ। ਮੈਂ ਕਿਹਾ ਦੀਵਾ ਤੂੰ ਬੁਝਾ, ਉਹ ਕਹਿੰਦਾ ਕਰੇ ਤੂੰ ਬੁਝਾ, ਬਸ ਉੱਠਣ ਦੀ ਘੌਲ ਸੀ। ਮੈਂ ਕਿਹਾ ਦਿਨ ਪੈ ਨੇ ਕਹਿਤਾ, ਮੈਂ ਕਿਹਾ ਦੇਵੀ ਮਾਤਾ ਜੇ ਦੀਵਾ ਬੁਝੇ ਮਾਮਾ ਤੇਰੇ ਕੁਛ ਚੱਲ ਆ ਜਾ। ਉਹਦਾ ਕੁਦਰਤ ਭਰਾਵੋ ਦੀਵੇ 'ਚ ਤੇਲ ਘੱਟ ਸੀ, ਦੀਵਾ ਹੀ ਬੁਝ ਗਿਆ। ਪਰ ਉਹਦੇ ਮਨ 'ਚ ਜੱਤ ਗਈ ਵੀ ਸਕਤੀ ਆ ਮਾਈ 'ਚ, ਦੀਵਾ ਮਾਈ ਨੇ ਬੁਝਾਤਾ, ਜਿਹਦੇ ਮਾਈ ਸਿਰਖਾਣੇ ਦਾ ਆ ਗਿਆ ਮੇਲਾ ਮੈਨੂੰ ਮੇਰੇ ਘਰਾਂ 'ਚ ਕਰੀ ਜਾਵੇ। ਤੂੰ ਚੱਲ ਜਾ ਨਾ ਸੁੱਖ ਸੁੱਖੀ ਸੀ, ਤੂੰ ਚੱਲ ਜਾ ਨਾ ਸੁੱਖ ਸੁੱਖੀ ਸੀ। ਮੈਂ ਕਿਹਾ ਕਿਵੇਂ? ਮੈਨੂੰ ਕਹਿੰਦੀ ਤੂੰ ਤਾਂ ਕਿਹਾ ਸੀਗਾ ਵੀ ਜੇ ਦੀਵਾ ਬੁਝੂ ਮੈਂ ਤੇਰੇ ਚੱਲ ਆਊਂ, ਕਹਿੰਦਾ ਜੇ ਜਾ। ਫਿਰ ਮੈਂ ਮੇਰੇ ਘਰਾਂ ਨੂੰ ਸਮਝਾਇਆ, ਮੈਂ ਕਿਹਾ ਦੇਖ ਜੇ ਤੂੰ ਕੰਮਲੀ ਆ, ਦੇਵੀ ਤਾਂ ਨਹੀਂ ਕੰਮਲੀ। ਮੈਨੂੰ ਕਹਿੰਦੀ ਕਿਉਂ? ਮੈਂ ਕਿਹਾ ਦੇਵੀ ਨੂੰ ਪਤਾ ਵੀ ਜਦੋਂ ਉੱਠ ਕੇ ਦੀਵਾ ਨਹੀਂ ਬੁਝਾ ਸਕਿਆ ਐਡੀ ਦੂਰ ਕਿਵੇਂ ਆਊ, ਡਰ ਆ ਇਹਦਾ। ਆਦਾ ਬਈ ਬਸ ਆ ਮੇਰੇ ਕੋਲ ਬਹਿ ਗਾ, ਇਹਦੇ ਵਿੱਚ ਮੈਂ ਕੁਛ ਨਾ ਕੁਛ ਲੁਕੋ ਕੇ ਲੈ ਕੇ ਆਇਆ। ਜੋਗੀ ਬਾਬੇ ਚਾਰ ਘਰ ਪਿੱਛੇ ਉਤਰ ਜਾਂਦੇ ਆ, ਇਹਦੇ ਵਿੱਚ ਰੀਬਣ ਆ ਬਾਈ, ਰੀਬਣ ਕੱਢ ਲਓ, ਸਾਰੇ ਕੱਢ ਲਓ, ਸਾਰੇ ਜਿੰਨੇ ਵੀ ਹੈਗੇ ਆ। ਇਹਨੂੰ ਪੁੱਠਾ ਕਰਕੇ ਦਿਖਾਇਆ ਜਾਂਦਾ ਪ੍ਰਭੂ ਖਾਲੀ, ਇਹਦੇ ਵਿੱਚ ਇਕੱਲੇ ਇਕੱਲੇ ਗਿਣ ਕੇ ਪਾ ਦੇ ਹੁਣ ਕਿੰਨੇ ਆ, ਇਕੱਲੇ ਇਕੱਲੇ ਆ ਲਓ ਪ੍ਰਭੂ ਗਿਣੋ ਕਿੰਨੇ ਆ, ਬੋਲੋ ਤਿੰਨ ਨੇ। ਬਾਬਾ ਕਹਿੰਦਾ ਇੱਥੋਂ ਫੜੋ ਜਿਹੜੀ ਤੁਹਾਡੇ ਘਰੇ ਫੋਟੋ ਲੱਗੀ ਆ, ਉਦੋਂ ਤੁਸੀਂ ਸੱਤ ਗੇੜੇ ਦੇ ਕੇ ਆਓ। ਓਏ ਪ੍ਰਭੂ ਹੇਰਾ ਫੇਰੀ ਤੁਹਾਨੂੰ ਆ ਬੈਗ ਦੇ ਵਿੱਚ ਕਰਕੇ ਉਹਨੇ ਝੋਲਾ ਫੜਾਤਾ, ਫੋਟੋ ਬੋਲਦੀ ਨਹੀਂ, ਫੋਟੋ ਹਰੇਕ ਦੇ ਘਰੇ ਲੱਗੀ ਆ। ਮੇਰੇ ਦੋ ਵਿਆਹ ਨੇ ਭਰਾਵੋ, ਜਦੋਂ ਮੇਰਾ ਦੂਜਾ ਵਿਆਹ ਸੀ ਨਾ, ਮੇਰੀ ਬੇਬੇ ਮੈਨੂੰ ਕਰੀ ਜਾਵੇ ਮੁੰਡਿਆ ਭਾਈ ਤੇਰਾ ਦੂਜਾ ਵਿਆਹ ਗਾ, ਤੜਕੇ ਉੱਠ ਕੇ ਹਰਾ ਮੱਥੇ ਲਵਾ ਲਈ ਚੰਗਾ ਹੁੰਦਾ, ਮਗ ਬੇਬੇ ਪੌਂਡੀ 'ਚ ਨਾ ਪੈ ਜਾ। ਨੀ ਬੇਬੇ ਉਹਨਾਂ ਨੇ ਆਪਾਂ ਨੂੰ 31 ਤਰੀਕ ਦੇ ਤੀ, ਉਹ ਆਪਾਂ ਨੂੰ ਉਡੀਕਣਗੇ, ਤੇ ਮੈਨੂੰ ਐਂ ਕਿਹਾ ਮੁੰਡਿਓ
ਭਾਈ ਗੱਡੀ ਵਧੀਆ ਕਰਾ ਲਿਓ, ਟਾਇਰ ਨਾ ਮਾੜੇ ਹੋਣ, ਕਿਤੇ ਰਾਹ 'ਚ ਖੜ ਜਾਓ। ਆਹ ਸਿੱਖਿਆ ਦੇਣ ਦੀ ਲੋੜ ਸੀ। ਮੇਰੇ ਬਾਪੂ ਨੇ ਭਾਈ ਚਿਰਾਗ ਲਾ ਲਏ ਲਾਲਾਂ ਨੇ ਪੀਰ ਦੇ, ਉਹ ਅੱਗ 'ਤੇ ਘਿਓ ਪਾਦਾ ਕਰੇ ਲਾਟ ਆਵੇ, ਫਿਰ ਘਿਓ ਪਾਵੇ ਫਿਰ ਲਾਟ ਆਵੇ, ਮੈਂ ਖਾਈ ਜਾਵਾਂ ਰੋਟੀ। ਮੇਰਾ ਬਾਪੂ ਮੈਨੂੰ ਕੁਝ ਜਾਵੇ, ਵੀਰੇ ਖੁਸ਼ਾ ਲਾ ਲੈਣਾ ਪੀਰ, ਮੈਂ ਕਿਹਾ ਭਣੋਈ ਇਹਦੇ ਪਾਣੀ ਪਾ ਕੇ ਦੇਗਾ। ਇਹ ਘਿਓ ਨਾਲ ਜਗਦੇ ਆ ਵਿਗਿਆਨ ਸਿੱਧ ਕਰਦਾ। ਜਦੋਂ ਮੈਂ ਤੜਕੇ ਉੱਠਿਆ ਦਿਨ ਚੜ ਗਿਆ, ਮੈਂ ਕਿਹਾ ਬੇਬੇ ਮਗਰ ਰਾਤ ਮੈਨੂੰ ਪੁਲਿਸ ਦਿਖਾਈ ਦੇਗੀ। ਕਹਿੰਦੀ ਪੁੱਤ ਲਾਲਾਂ ਸੀ। ਮੈਂ ਕਿਹਾ ਬੇਬੇ ਨਾਲ ਉਹ ਤਾਂ ਲੇਟੀ ਪੁਲਿਸ ਸੀ, ਲਾਲਾਂ ਤਾਂ ਵਿਆਹ ਹੀ ਨਹੀਂ ਸੀ। ਹੁਣ ਹੇਰਾ ਫੇਰੀ ਦੇਖੋ ਕਿੱਥੇ ਹੋ ਗਈ, ਇਹਦੇ ਵਿੱਚ ਰੀਬਨ ਕੱਢ ਲਓ, ਕੋਲੇ ਰੱਖ ਲਓ, ਪੁੱਠਾ ਕਰਕੇ ਦਿਖਾਓ, ਖਾਲੀ ਇਕੱਲੇ ਇਕੱਲੇ ਗਿਣ ਕੇ ਫਿਰ ਫੜਾ ਦਿਓ। ਇਹ ਕਹਿੰਦਾ ਜੁੜ ਗਏ। ਹੁਣ ਤੁਸੀਂ ਇਹ ਸਿੱਖੋ ਵੀ ਕਿਵੇਂ ਜੁੜ ਗਏ ਇਹ ਰੀਬਨ ਪ੍ਰਭੂ। ਜੋਗੀ ਬਾਬਿਆਂ ਕੋਲ ਸ਼ੰਤੇ ਹੁੰਦੇ ਆ, ਮੇਰੇ ਕੋਲ ਵੀ ਸ਼ੰਤੇ ਆ, ਇਹ ਕਿਸੇ ਬੰਦੇ ਤੋਂ ਨਹੀਂ ਖੁੱਲਦੇ ਜਿੱਥੋਂ ਤੱਕ ਦੁਨੀਆ ਵੱਸਦੀ ਆ। ਇਹ ਜਿਹੜੇ ਭਾਈ ਨੇ ਪਹਿਲਾਂ ਰੀਬਨ ਕਹਿਰੇ ਕੱਢ ਕੇ ਤੁਹਾਨੂੰ ਦਿਖਾਏ ਸੀ, ਇਹ ਉਹ ਨਹੀਂ ਹੈਗੇ ਪ੍ਰਭੂ, ਇਹ ਹੋਰ ਆ, ਉਹਨਾਂ ਵਰਗੇ ਆ, ਉਹ ਇਹਦੇ ਵਿੱਚ ਹੀ ਪਏ ਨੇ। ਸਿਰਾ ਇਹ ਸਾਨੂੰ ਕਿਉਂ ਨਹੀਂ ਦਿੰਦੇ ਭਾਈ, ਸਾਡੀ ਨਿਗਾਹ ਬਣ ਦੇਣਾ ਤੂੰ ਨਾ। ਉਹ ਪ੍ਰਭੂ ਜਿੰਨਾ ਤੁਹਾਨੂੰ ਦਿੰਦਾ ਉਨੀ ਮੈਨੂੰ ਦਿੰਦਾ, ਕਿਸੇ ਦੀ ਨਿਗਾਹ ਨਹੀਂ ਮੰਨੀ ਜਾਂਦੀ। ਆਹ ਤਾਰ ਆ ਪ੍ਰਭੂ, ਤਾਰ ਦੇਖ ਲਓ, ਜੇ ਤੁਹਾਨੂੰ ਤਾਰ ਦਿੰਦੀ ਆ ਤੁਸੀਂ ਹੋ ਗਏ ਪ੍ਰਭੂ ਸਿਆਣੇ। ਇਹਦੀ ਸੁੱਚ ਆ, ਜਿਵੇਂ ਲਾਈਟ ਬੰਦ ਕਰ ਦਈਏ ਇਹ ਸੁੱਚ, ਉਹ ਚਲਾ ਕੇ ਲੋਕਾਂ ਦੇ ਹੱਥ ਲੈ ਹੁੰਦੀ ਆ ਪ੍ਰਭੂ, ਇੱਦਾਂ ਕਰਕੇ ਤੁਹਾਨੂੰ ਦਿੰਦੀ ਨਹੀਂ। ਸੁੱਚ ਮੇਰੇ ਹੱਥ ਲੈ ਦੱਬੀ ਆ, ਸੁੱਚ ਨੂੰ ਹੱਥ ਲਾਣਾ ਮਰੋੜ ਦਿਓ, ਰੱਖਣਾ ਖੁੱਲ ਜੂ, ਫਿਰ ਬੰਦਾ ਦੂਜੇ ਪਾਸੇ ਹੱਥ ਪਾ ਲੂ। ਇਹਦੇ ਵਿੱਚ ਨੇ ਦੋ ਮੂੰਹ, ਇਹਦੇ ਵਿੱਚ ਨੇ ਆਹ ਦੇਖੋ ਪਹਿਲਾਂ ਆ ਪਏ ਨੇ, ਇਹ ਰੀਬਨ ਹੋਰ ਨੇ, ਸਬੂਤ ਮਿਲ ਗਿਆ, ਸਿਆਣੇ ਹੋ ਗਏ। ਆਹ ਜਿਹੜੀ ਸੁੱਚਾ ਪ੍ਰਭੂ, ਲੈ ਸੁੱਚ ਤੋਂ ਮੇਰੇ ਗੱਲ ਹੋਰ ਜ਼ਿਆਦਾ ਆ ਗਈ। ਅੱਜ ਤੋਂ ਬੱਚੇ ਨੂੰ ਗਰਮੀ 'ਚ ਮਹੀਨੇ ਦੀਆਂ ਛੁੱਟੀਆਂ ਮਿਲ ਜਾਂਦੀਆਂ ਨੇ, ਮੇਰਾ ਪ੍ਰਭੂ ਭਾਣਜਾ ਕੇਲਾ ਮੇਰੇ ਕੋਲ ਮਿਲਣ ਲੱਗ ਗਿਆ। ਉਹ ਚੌਥੀ ਪੰਜ ਦਾ ਵੈਸੇ ਪੜ੍ਹਦਾ ਨਾ, ਉਹਦਾ ਗੂੰਗਾ ਸਧਾਰਨ ਵਿਚਾਰਾ, ਸਿੱਧਾ ਸਾਧਾ, ਪੜ੍ਹਨ ਵਿੱਚ ਬਹੁਤ ਸਿਆਰਾ। ਉਹ ਇੱਕ ਦਿਨ ਮੇਰੇ ਕੋਲ ਕਹਿੰਦਾ ਮਾਮਾ ਮੈਂ ਤੈਨੂੰ ਮਿਲਣ ਲੱਗ ਗਿਆ। ਮੈਂ ਕਿਹਾ ਚੰਗਾ ਭਾਣਜਾ, ਵਧੀਆ ਕੰਮ ਕੀਤਾ ਓਏ, ਸਕੂਲ ਦਾ ਕੰਮ ਨਾਲ ਲੈ ਕੇ ਆਇਆ। ਕਹਿੰਦਾ ਮਾਮਾ ਸਕੂਲ ਦਾ ਕੰਮ ਤਾਂ ਮੈਂ ਕਰਕੇ ਵੀ ਆ ਗਿਆ। ਕਹਿੰਦਾ ਮੈਂ ਤਾਂ ਕਾਪੀ ਦਾ ਨਾਲ ਹੀ ਚੱਕ ਲਿਆ। ਮੈਂ ਕਿਹਾ ਚੰਗਾ। ਉਹ ਇੱਕ ਦਿਨ ਰਾਤ ਨੂੰ ਮੈਨੂੰ ਕਰੀ ਜਾਵੇ, ਕਹਿੰਦਾ ਮਾਮਾ ਕਹਿੰਦਾ ਜੇ ਮੈਂ ਤੇਰੇ ਨਾਲ ਪਊਂਗਾ। ਮੈਂ ਕਿਹਾ ਮੈਨੂੰ ਪਤਾ ਓਏ। ਉਹ ਮੇਰੀ ਬੀਬੀ ਕਹਿੰਦੀ ਤੂੰ ਪਾ ਲਾ, ਚੱਲ ਭਾਈ ਮੇਰੇ ਨਾਲ ਪੈ ਗਿਆ। ਪਿੰਡ ਦਾ ਭਾਈ ਮੈਨੂੰ ਨੀਂਦ ਜੀਣਾ ਵੀ, ਜਦੋਂ ਮੈਂ ਸੌਣ ਲੱਗ ਗਿਆ ਉੱਠ ਕੇ ਮੈਨੂੰ ਕਹਿੰਦਾ ਮਾਮਾ ਮਾਮਾ, ਕਹਿੰਦਾ ਮੈਂ ਪਿਸ਼ਾਬ ਕਰਨਾ। ਮੈਂ ਕਿਹਾ ਭਾਣ ਜਿਆ ਇਹ ਪੁੱਛਣ ਵਾਲੀ ਗੱਲ ਸੀ, ਮੈਂ ਕਿਹਾ ਉੱਠ ਕੇ ਕਰ ਲਾ। ਆ ਮੈਂ ਕਿਹਾ ਬੈਠ ਕੇ ਤਾਂ ਬਾਹਰ ਖੋਲ੍ਹ ਲਾ, ਨਾਲ ਇਹਦੇ ਲਾਈਟ ਆ ਸੁੱਚਾ ਚਾਨਣ ਕਰ ਲਈ, ਬਾਹਰ ਨਾ ਭੱਜ ਕੋਈ ਕੁੱਤਾ ਬਿੱਲਾ ਵੱਢ ਲੂ। ਮੈਂ ਕਿਹਾ ਭਾਈ ਬਾਹਰ ਸੜ ਕੇ ਕਰ ਲਈ। ਕਹਿੰਦਾ ਮਾਮਾ ਚੰਗਾ, ਆ ਕੇ ਮੇਰੇ ਨਾਲ ਪੈ ਗਿਆ। ਕਹਿੰਦਾ ਮਾਮਾ ਪਿਸ਼ਾਬ ਕਰਿਆ ਆ। ਮੈਂ ਕਿਹਾ ਭਾਣ ਜਿਆ ਲਾਈਟ ਲਾ ਲਈ ਸੀਗੀ। ਮੈਨੂੰ ਕਹਿੰਦਾ ਮਾਮਾ, ਕਹਿੰਦਾ ਮੈਂ ਜਦੋਂ ਬੈਠ ਕੇ ਤਾਂ ਬਾਹਰ ਖੋਲ੍ਹਣਾ। ਕਹਿੰਦਾ ਬੱਲੇ ਪਤਾ ਆਪਦਾ ਵੀ ਜਗ ਪਿਆ। ਉਹ ਮੈਂ ਕਿਹਾ ਮੈਥੋਂ ਤਾਂ ਕਦੇ ਜਗ੍ਹਾ ਨਹੀਂ ਗਾਓ। ਮੈਂ ਤਾਂ ਭਰਾਵੋ ਸੋਚੀ ਪੈ ਗਿਆ। ਮੈਂ ਕਿਹਾ ਰਾਤੇ ਰਾਤ ਇਹ ਕਿਹੜਾ ਸਿਸਟਮ ਤਿਆਰ ਹੋ ਗਿਆ ਬਾਈ। ਜਦੋਂ ਮੈਂ ਤੜਕੇ ਉੱਠ ਕੇ ਦੇਖਿਆ ਮੇਰਾ ਸਾਲਾ ਫਰਿੱਜ 'ਚ ਮੂਜ ਆਇਆ। ਉਹ ਗੋਲ ਲਿਆ ਲਓ ਜੀ। ਸਰ ਜੀ ਹੁਣ ਇੱਕ ਮਿੰਟ ਦੱਸਾਂ ਦਾ ਲੋਟ ਦਿਓ ਜੀ।
ਦਸਾਂ ਦਾ ਨੋਟ ਦਿਓ, ਤੁਹਾਡਾ ਨੋਟ ਵਾਪਸ ਕਰ ਦਾਂਗੇ। ਲਓ ਪ੍ਰਭੂ, ਆਪਣਾ ਬਾਪੂ ਸੀ ਅਨਪੜ੍ਹ, ਪਾ ਗਿਆ ਡੇਰੇ, ਡੇਰੇ ਵਿੱਚ ਇੱਕ ਬਾਬਾ ਆ ਕੇ ਬਹਿ ਗਿਆ, ਉਹਨੇ ਹੋਕਾ ਦਿੱਤਾ, ਕਹਿੰਦਾ ਮੈਂ ਸੱਠਾ ਦਿੰਦਾ ਪ੍ਰਭੂ, 10 ਰੁਪਏ ਲਾਓ, ਤੜਕੇ ਨੂੰ 1000 ਕਮਾਓ, ਕੰਮ ਕਰਨ ਦੀ ਲੋੜ ਨਹੀਂ। ਸਾਡਾ ਬਾਪੂ ਡੇਰੇ 'ਚ ਵੱਗ ਗਿਆ। ਬਾਬਾ ਕੱਲ੍ਹ ਨੂੰ ਨੰਬਰ ਕੀ ਆਊਗਾ? ਮੈਂ 10 ਰੁਪਏ ਲਾਊਂਗਾ। ਬਾਬਾ ਕਹਿੰਦਾ ਭਗਤਾ ਪਹਿਲਾਂ ਦਾਰੂ ਦੀ ਬੋਤਲ ਲੈ ਕੇ ਆਓ, ਅਸੀਂ ਦਾਰੂ ਪੀ ਕੇ ਦੱਸਾਂਗੇ। ਹੁਣ ਤੁਸੀਂ ਸੋਚੋ ਭਰਾਵੋ, ਜਿਹੜਾ ਬਾਬਾ ਦਾਰੂ ਸਾਥੋਂ ਮੰਗ ਕੇ ਪੀਂਦਾ, ਸਾਨੂੰ ਨੰਬਰ ਕੀ ਦੇ ਦੂ? ਜੇ ਬਾਬਾ ਨੰਬਰ ਦਿੰਦਾ ਹੁੰਦਾ ਨਾ, ਫਿਰ ਆਪ ਹੀ ਲਾ ਲਿਆ ਕਰੇ। ਬਾਬਾ ਮੇਰੇ ਕੋਲ 10 ਰੁਪਏ ਨੇ, ਇਹਦੀ ਬੋਤਲ ਤਾਂ ਆਉਂਦੀ ਨਹੀਂ। ਬਾਬਾ ਕਹਿੰਦਾ ਚਮਤਕਾਰ ਦਿਖਾਵਾਂ, ਇਹਦੀਆਂ ਕਈ ਬੋਤਲਾਂ ਮੰਗਾਵਾਂ। ਕਹਿੰਦਾ ਬਾਬਾ ਜੀ ਚਮਤਕਾਰ ਦਿਖਾਓ। ਲਓ ਭਰਾਵੋ ਦੇਖੋ ਬਾਬੇ ਨੇ ਚਮਤਕਾਰ ਕਿਵੇਂ ਦਿਖਾਇਆ। ਬਾਬੇ ਦੇ ਹੱਥ ਵਿੱਚ ਇੱਕ ਡੰਡਾ ਸੀ, ਉਹਨੇ ਦੇ ਉੱਤੇ ਡੰਡਾ ਲਾ ਕੇ, ਡੰਡਾ ਪਰਾਂ ਚਲਾ ਕੇ ਮਾਰਿਆ, ਮੈਂ ਵੀ ਮਾਰਿਆ। ਐਂ ਫੜ ਕੇ ਨੋਟ ਨੂੰ ਪ੍ਰਭੂ ਐਂ ਕੀਤਾ ਜਾਂਦਾ, ਫਿਰ ਉਹਦੀ ਐਂ ਤਹਿ ਲਾਈ ਜਾਂਦੀ ਆ। ਤਹਿ ਦਾ ਮਤਲਬ ਇਹ ਹੁੰਦਾ ਪ੍ਰਭੂ, ਉਹਨੇ ਗੁੱਛ ਮੁੱਛ ਕਰਕੇ ਨੋਟ ਛੋਟਾ ਜਿਹਾ ਕਰ ਲਿਆ। ਛੋਟ ਦਾ ਮਤਲਬ ਇਹ ਹੁੰਦਾ ਪ੍ਰਭੂ, ਇਹਨੂੰ ਕਿਧਰੇ ਲੁਕਾਊਗਾ। ਕਹਿੰਦਾ ਮਾਰ ਦਿਓ ਫੂਕ, ਛੱਡੇ ਬਾਪੂ ਨੇ ਫੂਕ ਮਾਰੀ, ਬਾਬੇ ਨੇ ਨੋਟ ਨੂੰ ਐਂ ਕਰਕੇ ਦੇਣਾ ਸ਼ੁਰੂ ਕੀਤਾ। ਉਹ ਕਹਿੰਦਾ ਬਾਬਾ ਤੂੰ ਤਾਂ ਕਮਾਲ ਕਰਤੀ ਬਈ। ਕਹਿੰਦਾ ਬੋ ਤੇਰਾ ਭਗਤਾ ਨੋਟ। ਬੋਲੋ ਕਿੰਨੇ ਦਾ ਬਣ ਗਿਆ ਇਹ ਨੋਟ? ਉਹਨਾਂ ਲੋਕਾਂ ਦੇ ਇੱਥੇ ਕੋਈ ਹੁੰਦੇ ਭਰਾਵੋ? ਉਹ ਬੰਦਾ ਅਦਲਾਬਾਦੀ ਆਪਾਂ ਨੂੰ ਕਰਕੇ ਦਿਖਾ ਗਿਆ ਸੀਗਾ, ਹੁਣ ਉਹਨੇ ਭੱਜ ਕੇ ਡੰਡਾ ਚੱਕ ਲਿਆ। ਜੇ ਡੰਡਾ ਛੋਟਾ ਹੋਵੇ ਗੀਜੇ ਵਿੱਚ ਪਾ ਲਓ, ਨਾਲ ਨੋਟ ਪਾ ਲਓ। ਜੇ ਡੰਡਾ ਵੱਡਾ ਗਾ ਬੈਗ ਵਿੱਚ ਧਰ ਦਿਓ, ਨਾਲ ਨੋਟ ਧਰ ਦਿਓ। ਹੁਣ ਤੁਹਾਡੇ ਘਰ ਕੋਈ ਬਾਬਾ ਕੀ ਗੱਲ ਕਹੇ, ਮੈਂ 10 ਤੋਂ 2 ਹਜ਼ਾਰ ਦਾ ਨੋਟ ਬਣਾ ਦਿੰਦਾਗਾ, ਭਾਵੇਂ ਦੀ ਵੇਲੇ ਕੁ ਵੇਲੇ ਤੁਹਾਡੇ ਘਰ ਮੈਂ ਆਵਾਂ। ਆਪਦੇ ਮਾਂ ਪਿਓ ਨੂੰ ਦੱਸੋ, ਕਦੇ ਬੇਬੇ ਇਹ ਲੋਕ ਠੱਗ ਹੁੰਦੇ ਆ, ਇਹ ਕੁਛ ਨਹੀਂ ਬਣਾ ਸਕਦੇ, ਆਪਾਂ ਮਿਹਨਤ ਕਰਕੇ ਅੱਗੇ ਵਧਾਂਗੇ। ਉਹ ਕਹਿੰਦਾ ਬੱਚਾ ਅਸੀਂ ਠੱਗ ਨਹੀਂ ਹੁੰਦੇ, ਅਸੀਂ ਬਣਾ ਦਿੰਦੇ ਹਾਂ। ਕਦੇ ਬਾਬਾ 2 ਹਜ਼ਾਰ ਦਾ ਨੋਟ ਤਾਂ ਦੂਰ ਆ, ਆਹ ਫੜ 10 ਰੁਪਏ, ਇਹਦਾ 100 ਦਾ ਨੋਟ ਬਣਾ ਕੇ ਦਿਖਾ, ਤੈਨੂੰ ਮੈਂ ਮੰਨ ਜੂੰ। ਉਹ ਕਹਿੰਦਾ ਬੱਚਾ ਮੈਂ 100 ਦਾ ਨੋਟ ਤਾਂ ਬਣਾ ਦੂੰ, ਤੈਂ ਨਹੀਂ ਮੰਨਣਾ। ਕਦੇ ਬਾਬਾ ਹੋ ਜਾ ਤਿਆਰ, ਇੱਕ ਨੋਟ ਭਰਾਵੋ 100 ਦਾ ਤੁਹਾਡੇ ਕੋਲ ਹੋਣਾ ਚਾਹੀਦਾ। ਜਿਹੜਾ ਤੁਹਾਡੇ ਕੋਲ 100 ਦਾ ਨੋਟ ਹੋਊ ਨਾ, ਉਹਦੇ ਲਿਖੇ ਹੁੰਦੇ ਆ ਨੰਬਰ, ਉਹਨੂੰ ਨੰਬਰ ਲਿਖ ਕੇ ਦੇ ਦਿਓ। ਕਦੇ ਬਾਬਾ ਇੰਨੇ ਨੰਬਰ ਦਾ ਨੋਟ ਬਣਾ ਕੇ ਦਿਖਾ, ਫਿਰ ਉਹ ਤੋਂ ਬਣਦਾ ਨਹੀਂ, ਫਿਰ ਉਹ ਤੋਂ ਬਣਦਾ ਕਿਉਂ ਨਹੀਂ? ਇਹਦਾ ਕੀ ਕਾਰਨ ਆ ਭਾਈ? ਇਹਦਾ ਕਾਰਨ ਇਹ ਹੁੰਦਾ ਭਰਾਵੋ, ਦੂਰੇ ਨੰਬਰ ਦਾ ਨੋਟ ਨਹੀਂ ਹੁੰਦਾ, ਦੂਰੇ ਨੰਬਰ ਦਾ। ਆ ਲਓ ਜੀ ਫੜਾਓ, ਕਿਹਦਾ ਨੋਟ ਆ ਜੀ? ਇਹ ਜਦੋਂ ਮੈਂ ਤੁਹਾਨੂੰ ਖੇਡ ਕਰਕੇ ਕੋਈ ਦੱਸਦਾ ਨਾ, ਦੱਸਣ ਦਾ ਮੈਨੂੰ ਸ਼ੌਂਕ ਬਹੁਤ ਆ ਭਰਾਵੋ, ਦੱਸਣਾ ਤਾਂ ਮੇਰਾ ਖੂਨ ਵੱਧਦਾ, ਕਿਉਂਕਿ ਮਰਨਾ ਸੱਚ ਆ। ਜਿਹੜੇ ਬੰਦੇ ਨੂੰ ਇਹ ਪਤਾ ਲੱਗ ਜੇ ਵੀ ਆਪਾਂ ਇੱਕ ਦਿਨ ਮਰਨਾ, ਬੰਦਾ ਰੱਖੇ ਯਾਦ, ਫਿਰ ਉਹ ਬੰਦਾ ਚੰਗੇ ਕੰਮ ਕਰਦਾ, ਵੀ ਲੋਕ ਮੈਨੂੰ ਮਰੇ ਹੋਏ ਤੋਂ ਬਾਅਦ ਯਾਦ ਕਰਨ। ਕਈਆਂ ਦੇ ਮਨ ਵਿੱਚ ਇਹ ਰਹਿੰਦਾ ਵੀ ਆਪਾਂ ਤਾਂ ਮਰਦੇ ਨਹੀਂ, ਆਪਾਂ ਤਾਂ ਲੋਕਾਂ ਦੇ ਭੋਗ 'ਤੇ ਜਾਇਆ ਕਰਾਂਗੇ। ਤੁਸੀਂ ਭਰਾਵੋ ਜਦੋਂ ਕਿਸੇ ਦੇ ਭੋਗ 'ਤੇ ਜਾਂਦੇ ਹੋ, ਗੁਰਦੁਆਰੇ, ਡੇਰੇ ਜਾਂ ਕਿਸੇ ਦੇ ਘਰ, ਉੱਥੇ ਤੁਹਾਡੇ ਜੋੜੇ, ਚੱਪਲਾਂ, ਬੂਟ ਚੱਕਿਆ ਦੇ ਬੋਲੋ, ਅੱਜ ਤੋਂ ਬਾਅਦ ਤੁਹਾਡੇ ਕਿਸੇ ਦੇ ਜੋੜੇ ਵੀ ਨਹੀਂ ਚੱਕੇ ਜਾਂਦੇ, ਮੇਰੇ ਨਹੀਂ ਜੋੜੇ ਕਿਤੇ ਚੱਕੇ ਗਏ। ਤੁਸੀਂ ਜੋੜੇ ਮੇਰੇ ਵਾਂਗੂ ਲਾ ਕੇ ਜਾਇਆ ਕਰੋ। ਆਹ ਦੇਖੋ ਇੱਕ ਜੋੜਾ ਇੱਥੇ ਲੁਕੋ ਦਿਓ, ਇੱਕ ਜੋੜਾ ਕਹਾਂ ਜਾ ਕੇ। ਠੀਕ ਆ ਬਾਈ, ਫਿਰ ਸਿਆਣੇ ਲੋਕ ਕੀ ਕਹਿੰਦੇ ਆ ਬਾਈ?
ਸਿਆਣੇ ਲੋਕ ਪ੍ਰਭੂ ਇਹ ਗੱਲ ਕਹਿੰਦੇ ਆ, ਕਹਿੰਦੇ ਮਾੜੀ ਸੰਗਤ ਨਾਲੋਂ ਇਕੱਲੀ ਬੰਦਾ ਚੰਗਾ ਪ੍ਰਭੂ, ਮਾੜੇ ਬੰਦੇ ਦਾ ਸਾਥ ਨਹੀਂ ਕਰਨਾ ਚਾਹੀਦਾ। ਉਹ ਕਿਵੇਂ? ਸਾਡੇ ਇੱਕ ਡਾਕਟਰ ਆ ਮਾਨਸਾ ਸੇਮੀ, ਮੈਂ ਉਹਦੇ ਕੋਲ ਦਵਾਈ ਲੈਣ ਗਿਆ, ਮੈਂ ਉਹਨੂੰ ਕਦੋਂ ਨਿੱਕਾ ਨਿੱਕਾ ਆਈਟਮ ਕਰਕੇ ਦਿਖਾਈ ਗਿਆ ਜੀ। ਮੈਨੂੰ ਕਹਿੰਦਾ ਕੰਮ ਬਹੁਤ ਵਧੀਆ ਭਾਈ ਤੇਰਾ, 30 ਰੁਪਏ ਦੀ ਦਵਾਈ ਬਣ ਗਈ, 30 ਰੁਪਏ ਮੈਂ ਤੈਨੂੰ ਛੱਡ ਤੇ, ਤੁਸੀਂ ਜਾਓ। ਫਿਰ ਉਹ ਮੈਨੂੰ ਕਹਿੰਦਾ ਭਾਈ ਮੇਰੀ ਕੁੜੀ ਦਾ ਵਿਆਹ ਗਾ, ਤੂੰ ਪੈਲਸੇ ਦੇ ਵਿੱਚ ਵਿਆਹ ਜੀ। ਮੈਂ ਕਿਹਾ ਜੀ ਆ ਜੂੰ। ਕਹਿ ਕਹਿੰਦਾ ਕੋਈ ਸਲਾਮੀ ਸਲੂਮੀ ਨਹੀਂ ਦੇਣੀ ਤੈਨੂੰ, ਮੈਂ 100-200 ਰੁਪਇਆ ਕੋਲੋਂ ਦੇ ਕੇ ਮੁੜੂੰ, ਤੂੰ ਗਰੀਬ ਬੰਦਾ। ਮੈਂ ਕਿਹਾ ਚੰਗਾ ਜੀ। ਮੈਂ ਸਾਡੇ ਪਿੰਡ ਇੱਕ ਮੁੰਡਾ ਹੋਰ ਤਿਆਰ ਕਰ ਲਿਆ ਵੀ ਚੱਲ ਉੱਥੇ ਇਕੱਲੇ ਕੀ ਕਰਾਂਗੇ। ਮੈਂ ਕਿਹਾ ਮੰਦਰੀ ਹੋਏ ਪੈਲਸੇ ਦੇ ਵਿੱਚ ਵਿਆਹ ਚੱਲੀਏ? ਕਹਿੰਦੇ ਚੱਲ ਤਬਕ ਚੱਲਦੇ ਹਾਂ। ਮੈਂ ਕਿਹਾ ਪਾ ਲਾ ਕੱਪੜੇ, ਅਸੀਂ ਅੱਡੇ 'ਤੇ ਖੜ ਗਏ। ਸਾਡੇ ਪਿੰਡ ਇੱਕ ਮੁੰਡਾ ਹੋਰਾ ਕਿ ਮੈਨੂੰ ਕਹਿੰਦਾ ਕਿੱਥੇ ਜਾਣਾ ਓਏ? ਮੈਂ ਕਿਹਾ ਕਾਲਿਆ ਓਏ, ਮੈਂ ਤੈਨੂੰ ਘਰੇ ਭੜ ਕੇ ਲੈ ਕੇ, ਤੂੰ ਤਾਂ ਮੈਨੂੰ ਮਿਲਿਆ ਨਹੀਂ, ਤੈਨੂੰ ਵਿਆਹ ਲੈ ਕੇ ਜਾਣਾ ਸੀ। ਹੁਣ ਮੈਂ ਕਿਹਾ ਭਰਾਵਾ ਮੈਂ ਤਾਂ ਮੰਦਰੀ ਨੂੰ ਤਿਆਰ ਕਰ ਲਿਆ, ਆ ਬੈਠਾ ਗਿਆ ਮੰਦਰੀ। ਕਾਲਾ ਮੈਨੂੰ ਕਹਿੰਦਾ ਉਰੇ ਆ, ਉਰੇ ਚਾਚਾ। ਮੈਂ ਕਿਹਾ ਕੀ ਆ? ਮੈਨੂੰ ਪਰਾਂ ਲੈ ਕਹਿੰਦਾ ਚਾਚਾ ਇਹ ਬੰਦਾ ਚੋਰ ਆ, ਇਹਨੂੰ ਤੂੰ ਨਾਲ ਲੈ ਕੇ ਜਾਂਦਾ। ਮੈਂ ਕਿਹਾ ਕਾਲਿਆ ਮੈਂ ਚੋਰੀ ਕਰਦਾ ਕਿਤੇ ਬੰਦਾ ਦੇਖਿਆ ਤਾਂ ਹੈ ਨਹੀਂ ਗਾ, ਹੁਣ ਮੈਨੂੰ ਮੋੜ ਦੇਣਗੇ ਲੈ ਕੇ ਜਾਊਂ, ਤੂੰ ਮੈਨੂੰ ਦੱਸਤਾ, ਚੱਲ ਮੈਂ ਬੰਦੇ ਦੀ ਨਿਗਾਹ ਰੱਖੂੰਗਾ। ਉਹੀ ਗੱਲ ਭਰਾਵੋ, ਉਹ ਬੰਦਾ ਚੋਰ ਸੀ। ਜਦੋਂ ਅਸੀਂ ਪੈਲਸੇ ਦੇ ਵਿੱਚ ਵਿਆਹ ਵੜ ਗਏ, ਉਹਨੇ ਜਾਣ ਸਰੀ ਨਾ 4 ਚਮਚੇ ਲੁਕੋਲੇ, ਮੇਰੀ ਪੈ ਗਈ ਭਰਾਵੋ ਨਿਗਾਹ। ਮੈਂ ਕਿਹਾ 4 ਚਮਚੇ ਲੁਕੋ ਗਿਆ, ਇਹਨੂੰ ਇੱਥੇ ਬੈਠਣ ਦੇ ਖੇਡੀ ਜਾਣਦੇ। ਮੈਂ ਕਿਹਾ ਇਹ ਬੰਦਾ ਚੋਰ ਆ। ਮੈਂ ਕਿਹਾ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਤੂੰ ਆ ਗਿਆ ਭਾਈ? ਮੈਂ ਕਿਹਾ ਜੀ ਚਾਹ ਪਾਣੀ ਪੀ ਲਿਆ। ਮੈਂ ਖੜ੍ਹ ਜਾਓ ਜੀ, ਖੜੋ ਜੀ। ਕਹਿੰਦਾ ਕੀ ਆ? ਮੈਂ ਕਿਹਾ ਡਾਕਟਰ ਸਾਹਿਬ ਜੀ ਇੱਕ ਫਿਰ ਅੱਜ ਤੁਹਾਨੂੰ ਮੈਂ ਜਾਦੂ ਦਿਖਾ ਦਿਆਂ। ਉਹ ਕਹਿੰਦਾ ਭਾਈ ਤੈਨੂੰ ਸੱਦਿਆ ਕਿਹਨੇ ਆ? ਜਾਦੂ ਵੀ ਦਿਖਾਓ, ਇਸ ਕਰਕੇ ਤੈਨੂੰ ਸੱਦਿਆ ਗਾ। ਮੈਂ ਕਿਹਾ ਜੇ ਫਿਰ ਅੱਜ ਇੱਕ ਜਾਦੂ ਦਿਖਾਵਾਂਗੇ ਜੀ? ਕਹਿੰਦੇ ਇੱਕ ਦਿਖਾ ਦਿਓ ਭਾਈ। 10-12 ਬੰਦੇ ਇਕੱਠੇ ਕਰ ਲਓ, ਨਾਲੇ ਉਹਨਾਂ ਨੂੰ ਪਤਾ ਲੱਗ ਜੂਗਾ। ਉਹਨੇ 15-20 ਬੰਦੇ ਇਕੱਠੇ ਕਰ ਲਏ। ਉਹ ਦਿਨੇਸ਼ ਉਹ ਰਿਹਾ ਭਾਈ ਤੈਨੂੰ ਕੋਈ ਜਾਦੂ ਦਿਖਾਈਏ, ਮੁੰਡਾ ਬੁਲਾਇਆ ਮੈਂ। ਮੈਂ ਕਿਹਾ ਡਾਕਟਰ ਸਾਹਿਬ ਮੈਨੂੰ 4 ਚਮਚੇ ਲੈ ਕੇ ਆਓ। ਕਹਿੰਦਾ ਕੀ ਕਰਨਾ? ਮੈਂ ਕਿਹਾ ਜਾਦੂ ਦਿਖਾ ਦਾਂਗੇ ਜੀ। 4 ਚਮਚੇ ਲੈ ਕੇ ਉਹਨਾਂ ਨੇ ਮੈਨੂੰ ਫੜਾ ਤੇ ਮੈਗੀ 'ਚ ਪਾ ਲਈ। ਮੈਂ ਜੀ ਮੈਂ 4 ਚਮਚੇ ਕਿੱਥੇ ਪਾ ਲਏ ਜੀ? ਕਹਿੰਦੇ ਗੀਜੇ 'ਚ। ਮੈਂ ਕਿਹਾ ਫੂਕ ਮਾਰ ਦਿਓ। ਉਹਨਾਂ ਨੇ ਫੂਕ ਮਾਰਤੀ। ਮੈਂ ਕਿਹਾ ਜਿਹੜੇ ਤੁਸੀਂ ਮੈਨੂੰ 4 ਚਮਚੇ ਫੜਾਏ ਨਾ ਜੀ, ਹੋ ਕਾਲੇ ਕੁੜਤੇ ਵਾਲਾ ਬੰਦਾ ਬੈਠਾ ਤੇ ਗੀਜੇ 'ਚ ਵੜ ਕੇ, ਇਹ ਉਹਦੇ ਕੋਲੇ ਵਗ ਗਏ ਜੀ, ਕੱਢੋ ਜਾ ਕੇ ਕੱਢੋ। ਉਹਨਾਂ ਨੇ ਜਾਣ ਸਾਰੀ ਜਾ ਕੇ 4 ਚਮਚੇ ਭਾਈ ਉਹਦੇ ਗੀਜੇ 'ਚੋਂ ਕੱਢ ਲਏ। ਮੈਨੂੰ ਉੱਥੇ ਖੜ ਕੇ ਇਸ਼ਾਰਾ ਕਰਤਾ, ਕਹਿੰਦੇ ਜੀ ਆ ਗਏ। ਕੋਈ ਆ ਗਏ ਭਾਈ? ਉਹ ਜਿਹੜੇ ਮੇਰੇ ਕੋਲ ਸੀ ਉਹ ਮੈਂ ਆਪਦੇ ਘਰੇ ਲਿਆਇਆ। ਤਾਂ ਸਾਨੂੰ ਪ੍ਰਭੂ ਦਿੰਦੇ ਹੀ ਆ, ਅਤੇ ਹੁਣ ਨਹੀਂ ਦਿੰਦਾ, ਹੁਣ ਪੜ੍ਹਦਾ ਹੋ ਗਿਆ। ਮੈਂ ਸਕੂਲਾਂ ਦੇ ਜਦੋਂ ਵਿੱਚ ਖੇਡਾਂ ਪਾਉਣ ਜਾਂਦਾ ਭਰਾਵੋ, ਪਿੰਡਾਂ 'ਚੋਂ ਨਿਕਲ ਜਾਂਦਾ ਸਾਈਕਲ 'ਤੇ, ਮੈਂ ਜਿਹੜੀ ਦਿਸ਼ਾ ਨੂੰ ਕੇਰਾ ਲੰਘ ਜਾਣਾ, ਮੇਰਾ ਕੰਮ ਉੱਧਰ ਮਹੀਨਾ ਉੱਧਰ ਪੈਂਦਾ। ਮੈਨੂੰ ਗਾਂ ਦੀ ਗਾਂ ਮਾਸਟਰ ਆਪਦੇ ਵੀ ਭੇਜ ਦਿੰਦੇ ਆ। ਹੈਲੋ ਦਰਸ਼ਨ, ਉਹ ਮੈਂ ਤੇਰੇ ਕੋਲ ਬੰਦਾ ਭੇਜਦਾ ਖੇਡਣ, ਸਾਡੇ ਕੋਲ ਚਾਹ ਪੀਂਦਾ ਰਹੇ, ਟਾਈਮ ਦੇ ਦੋਗੇ? ਚੱਲ ਠੀਕ ਹੈ ਚੰਗਾ। ਤੂੰ ਐਂ ਕਰ ਭਾਈ, ਫਲਾਣੇ ਪਿੰਡ ਵਗ ਜਾ, ਉੱਥੇ ਦਰਸ਼ਨ ਮਾਸਟਰ ਸਾਇੰਸ ਪੜ੍ਹਾਉਂਦਾ, ਉਹ ਤੇਰਾ ਕੰਮ ਕਰਾਊਗਾ। ਮੈਂ ਕਿਹਾ ਚੰਗਾ ਜੀ। ਇੱਕ ਮਾਸਟਰ ਮੈਨੂੰ ਕਹਿੰਦਾ ਵੀ ਭੁੱਚ ਮੰਡੀ ਕਿਹੜੀ ਵਗ ਜਾਏਗਾ? ਮੈਂ ਜੀ ਗਾਲੀ ਮਹੀਨੇ ਵਗ ਜਾਂਗੇ ਜੀ। ਭੁੱਚ ਮੰਡੀ ਕਿੱਧਰ ਆ? ਕਹਿੰਦਾ ਬਠਿੰਡੇ ਕਣੀ। ਉਹ ਕਹਿੰਦੇ ਸਾਡੇ ਕਣੀ ਭੇਜੋ। ਉਦੋਂ ਭੁੱਚ ਮੰਡੀ ਵਿੱਚ ਭਰਾਵੋ ਮੈਂ ਪਹਿਲੀ ਵਾਰੀ ਗਿਆ ਸੀਗਾ, ਉੱਧਰ ਗੋਰੇ ਚੱਕ ਦਾ ਪਿੰਡ ਆ, ਚੱਕ ਪਿੰਡ, ਉਹ ਮੈਂ ਪਿੰਡ ਕਿਤੇ ਸੁਣੇ ਨਹੀਂ। ਮੈਂ ਬਾਸੜ ਕੋਲ ਜਾ ਕੇ ਖੜ ਗਿਆ, ਮੇਰੇ ਕੋਲ ਇੱਕ ਬੁੜੀ ਆਈ, ਤਾਂ ਕਿ ਮੈਨੂੰ ਕੀ ਕਹਿੰਦੀ, ਕਾਕਾ ਆਹ ਬੱਸ ਚੱਕੀ ਜਾਊ? ਮੈਂ ਕਿਹਾ ਸਿਰ ਲਾ ਕੇ ਦੇਖ ਲਾ। ਉਹ ਮੈਨੂੰ ਪਿੰਡ ਪੁੱਛਦੀ ਸੀ। ਇੱਕ ਹੋਰ ਬੁੜੀ ਆ ਕੇ ਮੈਨੂੰ ਕਹਿੰਦੀ, ਕਾਕਾ ਕੰਨ ਵਾਲਾ ਡਾਕਟਰ ਕਿਹੜਾ ਗਾ? ਮੈਂ ਕੰਨ ਤਾਂ ਹਰੇਕ ਦੇ ਆ।
ਤੂੰ ਮੈਨੂੰ ਇਹ ਕਿਹਾ ਮੈਂ ਸਿੰਗਲੇ 'ਤੇ ਜਾਣਾ, ਲਓ ਪ੍ਰਭੂ ਇਹਦੇ ਵਿੱਚ ਪੱਤਾ ਪਿਆ ਸੀ ਉਹ ਪੱਤਾ ਗਾਇਬ ਹੋ ਗਿਆ। ਬਾਈ ਫਿਰ ਪੱਤਾ ਗਾਇਬ ਕਿੱਧਰ ਹੋ ਗਿਆ? ਆਹ ਡੰਡਾ ਗਾ ਲੱਕੜਾ ਇਹ ਸਾਨੂੰ ਦੱਸਦਾ ਗਾ। ਮਦਾਰੀ ਕਹਿੰਦਾ ਝਰ ਲੁੱਟੀ ਚੱਕ, ਜਿੱਧਰ ਦਾ ਮੂੰਹ ਵਗ ਜੇ ਪ੍ਰਭੂ ਉੱਧਰ ਪੱਤਾ ਚਲਿਆ ਜਾਂਦਾ ਗਾ, ਇਹਦਾ ਮੂੰਹ ਐਂ ਵਗ ਗਿਆ। ਆਹ ਇੱਕ ਜਣਾ ਕੋਈ ਜਣਾ ਖੜ੍ਹ ਜਾਓ, ਖੜ੍ਹਾ ਜਾਓ ਬਾਈ, ਤੂੰ ਖੜ੍ਹ ਜਾ ਬਾਈ, ਇੱਥੇ ਖੜ੍ਹ ਜਾ, ਪੱਤਾ ਵਗ ਗਿਆ ਬਾਈ ਤੇਰੇ ਕੋਲ। ਥੋੜੇ ਗੀਜੇ ਦੇ ਵਗ ਜੀ, ਗੀਜੇ ਦੇਖੋ ਖੜਾ ਦੋ ਜੀ। ਇਹਦੇ ਕੋਲੇ ਕਿਵੇਂ ਪਾ ਗਿਆ ਸਿੱਖੋ। ਕੋਈ ਬੰਦਾ ਭਰਾਵੋ ਨਾ ਤਾਂ ਕਿਸੇ ਕੋਲੇ ਚੀਜ਼ ਭੇਜ ਸਕਦਾ ਗਾ ਦੂਰ ਖੜ ਕੇ, ਨਾ ਉਹਦੇ ਗੀਜੇ 'ਚੋਂ ਕੋਈ ਚੀਜ਼ ਕੱਢ ਕੇ ਦਿਖਾ ਸਕਦਾ ਗਾ ਦੂਰ ਖੜ ਕੇ। ਤੁਹਾਡੇ ਅੰਗ ਦੇ ਨਾਲ ਭਰਾਵੋ ਕਿਸੇ ਦਾ ਅੰਗ ਨਾ ਲੱਗੇ, ਤੁਹਾਡਾ ਕੋਈ ਬੰਦਾ ਨਹੀਂ ਕੁਛ ਵਿਗਾੜ ਸਕਦਾ। ਮਾੜੀ ਦੇ ਕਰਨ ਵਾਲਾ ਬੰਦਾ ਆਪ ਹੀ ਮਰ ਜੂ। ਉਹਨਾਂ ਇੱਥੇ ਬੰਦਾ ਬਿਮਾਰ ਨਹੀਂ ਦੁਖੀ ਜਿੰਨਾ ਗਵਾਂਢੀਆਂ ਦਾ ਕੰਮ ਦੇਖ ਕੇ ਦੁਖੀ ਆ। ਇਹ ਕੋ ਬਾਬਿਆਂ ਦੀ ਕਹਾਣੀ ਹੈ। ਇਹ ਮੈਂ ਭਾਈ ਨੂੰ ਬਾਹਰੋਂ ਪੱਤਾ ਫੜਾ ਕੇ ਲੈ ਕੇ ਆਇਆ, ਇਹਨੂੰ ਮੈਂ ਸਿਖਾ ਕੇ ਲੈ ਕੇ ਆਇਆ ਵੀ ਤੂੰ ਕਿਹੜਾ ਮੁੱਕਰ ਜੀ। ਇਹ ਕਹਿੰਦਾ ਮੈਂ ਕਾਹਤੋਂ ਮੁੱਕਰ ਜਾ, ਸਾਡੇ ਨਗਰ ਦਾ ਕੰਮ ਆ ਜਾ ਰਿਹਾ ਤਾਂ। ਮੈਂ ਕਿਹਾ ਇਹ ਲੋਕ ਤੈਨੂੰ ਜਾਣਦੇ ਆ ਚੰਗੀ ਤਰ੍ਹਾਂ, ਇਹ ਲੋਕਾਂ ਨੂੰ ਮੈਂ ਲੁੱਟੂੰਗਾ, ਮੇਰੇ ਕੋਲ ਬਹੁਤ ਸਾਰਾ ਧਨ ਹੋਜੂ। ਕੁਛ ਬਾਬੇ ਧਨ ਜਾਂਦੇ ਜਾਂਦੇ ਤੈਨੂੰ ਵੀ ਦੇ ਕੇ ਜਾਣਗੇ ਇਹ ਪੱਤੇ।